ਮੁਮਤਾਜ਼ ਕਾਦਰੀ ਨੇ ਆਪਣੇ ਵਾਲਿਦ ਨੂੰ ਦੱਸਿਆ, ਉਹਨੇ ਕਿਹਾ ਜਦੋਂ ਮੈਂ ਗੋਲੀ ਮਾਰਨ ਲੱਗਾ ਤਾਂ ਮੇਰੇ ਦਿਲ 'ਚ ਖਿਆਲ ਆਇਆ, ਕਹਿਣ ਲੱਗਾ ਮੈਂ ਫਿਰ ਵੀ ਗੋਲੀ ਮਾਰਨ ਤੋਂ ਪਿੱਛੇ ਹਟ ਗਿਆ। ਮੈਂ ਕਿਹਾ ਨਹੀਂ ਮਾਰਨੀ ਗੋਲੀ, ਇਹ ਪੁਲਿਸ ਵਾਲੇ ਮੈਨੂੰ ਪਿੱਛੋਂ ਛਿੱਕ ਦੇਣਾ, ਫਿਰ ਰਾਜ਼ ਰਾਜ਼ ਹੀ ਰਹਿਣਾ। ਉਹ ਕਹਿਣਾ ਇਹ ਪਾਗਲ ਸੀ, ਜੇ ਪਿੱਛੋਂ ਲਿਖ ਦੇਣਾ ਉਸਕਾ ਦਿਮਾਗ ਖਰਾਬ ਤਾ, ਉਸਕੀ ਗੋਲੀ ਐਸੇ ਚਲੀ ਗਈ। ਉਹ ਕਹਿਣ ਲੱਗਾ, ਉਹਨਾਂ ਕਹਿਣਾ ਬਈ ਇਹਨੂੰ ਕਿਸੇ ਏਜੰਸੀਆਂ ਨੇ ਖਰੀਦਿਆ। ਉਹ ਕਹਿਣ ਲੱਗਾ ਮੈਂ ਪਿੱਛੇ ਹਟ ਗਿਆ, ਮੈਂ ਕਿਹਾ ਗੋਲੀ ਨਹੀਂ ਮਾਰਨੀ, ਇਹ ਰਾਜ਼ ਰਾਜ਼ ਰਹਿਣਾ। ਕਹਿਣ ਲੱਗਾ ਜਦੋਂ ਮੈਂ ਪਿੱਛੇ ਹਟਿਆ ਤੇ ਸੈਕੜੋ ਲਿਆ ਅੱਲਾ ਸਬਜ਼ ਕੱਪੜੇ ਪਾ ਕੇ ਮੇਰੇ ਸਾਹਮਣੇ ਆਏ। ਉਹਨਾਂ ਕਹਿਆ ਮਾਰੋ ਇਹ ਗੋਲੀ, ਅਸੀਂ ਹੱਥ ਨੱਪ ਕੇ ਖੜਿਆ, ਮਾਰ ਗੋਲੀ ਤੂੰ ਇਹਨਾਂ।